ਇਹ ਮੌਸਮ ਬਹੁਤ ਗੰਦਾ ਜਿਹਾ ਚੱਲ ਰਿਹਾ ਜੀ, ਇਹ 'ਚ ਤਾਂ ਬਸ ਗਲ ਖਰਾਬ, ਜ਼ੁਕਾਮ, ਹਵਾਈ ਬਹੁਤ ਚੱਲਦੀ ਹੈ, ਬੱਚੇ ਨਹੀਂ ਠੀਕ ਆਉਂਦੇ, ਇਹ ਠੀਕ ਘਰ ਰਹਿ ਕੇ ਤਾਂ ਸਿਰ ਆਪਣਾ ਟਾਈਮ ਸਿਰ ਵਹਾਉਂਦੇ ਨਹੀਂ, ਸਕੂਲ ਜਾਂਦੇ ਸਵੇਰੇ ਆਪਣਾ ਆਰਾਮ ਨਾਲ ਤਿਆਰ ਹੋ ਕੇ ਹੋਏ ਜਾਓ ਨਾ ਥੋੜ੍ਹੇ ਉੱਪਰ। ਪੜ੍ਹ ਲਿਆ ਹੁਣ ਤੂੰ, ਕਰ ਲਈ ਸਾਰਾ ਆਪਣਾ। ਮੈਥ ਕਿੰਨੇ ਕਰ ਲਏ ਜੀ? ਮੈਥ ਕੇ 2 ਵਜੇ ਦੇ ਹਾਲੇ 4 ਵਜੇ ਤੇ ਨਵੀਂ ਨੋਟਸ ਨਹੀਂ ਉਹ ਨੋਟਸ ਲੈ ਕੇ ਆਏਗੇ ਨਾ, ਨੋਟਸ ਤੋਂ ਬਾਅਦ ਪੜ੍ਹ ਰਹੀ ਆ, ਕੱਲ ਨੂੰ ਨੋਟਸ ਦਿਓ। ਕੱਲ ਨੂੰ ਨੋਟਸ ਕਢਾ ਲਾਂਗੇ ਤੇਰੇ ਘਰੇ ਵੀ ਨਹੀਂ, ਸਾਡੇ ਕਿਹੜਾ ਬੜੇ ਵੀ ਤੇ ਜਿੱਥੇ ਸਾਡੇ ਉੱਥੇ ਨੋਟਸ ਮਿਲਦੇ ਆ, ਦੁਕਾਨ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਜੀ 4:30 ਵਜੇ ਦਾ ਟਾਈਮ ਹੈ ਜੀ ਸ਼ਾਮ ਦਾ। ਹੁਣ ਆਪਾਂ ਬਣਾਵਾਂਗੇ ਜੀ ਦਾਲ, ਇਹ ਮੂੰਗੀ ਮਸਰੀ ਦੀ, ਕਿਉਂਕਿ ਸਾਰੇ ਜਣੇ ਜੀ ਥੋੜ੍ਹੇ ਢਿੱਲੇ ਜਿਹੇ ਚੱਲ ਰਹੇ ਹਾਂ ਜੀ, ਬੁਖਾਰ ਜਿਹਾ ਚੜਿਆ ਹੋਇਆ, ਥੋੜ੍ਹਾ ਜਿਹਾ ਜ਼ੁਕਾਮ ਜਿਹਾ, ਬੁਖਾਰ, ਗਲਾ ਜਿਹਾ ਖਰਾਬ, ਉਹਦੇ 'ਚ ਕੁਛ ਵੀ ਚੰਗਾ ਨਹੀਂ ਲੱਗਦਾ। ਆਪਾਂ ਦਾਲ ਬਣਾਵਾਂਗੇ ਮੂੰਗੀ ਮਸਰੀ ਦੀ। ਇਹਦੇ ਲਈ ਪਾਣੀ ਧਰ ਦਿੰਦੇ ਹਾਂ ਕੁੱਕਰ 'ਚ, ਪਾਣੀ ਗਰਮ ਹੋਊਗਾ ਜੀ, ਇੰਨੇ ਆਪਾਂ ਤੜਕਾ ਕੱਟ ਲਈਏ। ਇੱਧਰ ਲਸਣ ਮੈਂ ਕੱਟ ਲਿਆ, ਪਿਆਜ਼ ਕੱਟਾ ਵੀ। ਅੱਜ ਬਾਹਰ ਤਾਂ ਬਹੁਤ ਜ਼ਿਆਦਾ ਹਵਾ ਚੱਲ ਰਹੀ ਹੈ ਜੀ, ਮੌਸਮ 'ਚ ਬਹੁਤ ਹਵਾ ਨੇ, ਮਿੱਠੀ ਘੱਟਾ ਜਿਹਾ ਉੱਡ ਰਿਹਾ ਜੀ ਬਾਹਰ। ਅਤੇ ਟਮਾਟਰ ਲਿਆ, ਅਦਰਕ, ਇਹਨੂੰ ਵੀ ਕੱਟਾਂਗੇ, ਫਿਰ ਇਹਨੂੰ ਦਾਲ ਧੋ ਕੇ ਪਾ ਦਾਂਗੇ, ਪਾਣੀ ਗਰਮ ਹੋ ਜੂਗਾ, ਇੱਕ ਵਿਸਲ ਲਗਾ ਕੇ ਬਸ ਫਿਰ ਆਪਾਂ ਤੜਕਾ ਲਾ ਦਾਂਗੇ। ਇਹ ਮੌਸਮ ਜਿਹੜੀ ਅੱਜ ਦੇ ਕੁਛ ਖਾਣ ਨੂੰ ਦਿਲ ਨਹੀਂ ਕਰਦਾ, ਨਾ ਕੋਈ ਦਾਲ ਸਬਜ਼ੀ ਚੰਗੀ ਲੱਗਦੀ ਹੈ। ਥੋੜ੍ਹਾ ਜਿਹਾ ਆਪਣੀ ਸਿਹਤ ਖਰਾਬ ਹੋ ਜਾਏਗੀ ਫਿਰ ਤਾਂ ਕੁਛ ਵੀ ਚੰਗਾ ਨਹੀਂ ਲੱਗਦਾ, ਫਿਰ ਤਾਂ ਆਪਾਂ ਧੱਕੇ ਨਾਲ ਖਾ ਹੀ ਲੈਂਦੇ ਹਾਂ। ਤੜਕਾ ਆਪਾਂ ਨੇ ਕੱਟ ਲਿਆ ਜੀ, ਹੁਣ ਆਪਣਾ ਪਾਣੀ ਗਰਮ ਹੋ ਗਏ ਇਹਨੇ, ਤੜਕਾ ਕੱਟਿਆ, ਹੁਣ ਆਪਾਂ ਦਾਲ ਧੋ ਕੇ ਪਾ ਦਾਂਗੇ। ਇਹ ਬਣ ਵੀ ਛੇਤੀ ਜਾਂਦੀ ਹੈ ਜੀ, ਨਾਲੇ ਜੇ ਕੋਈ ਥੋੜ੍ਹਾ ਬਹੁਤਾ ਢਿੱਲਾ ਮੱਠਾ ਹੋ ਜਾਏ ਜੀ, ਇਹੀ ਦਾਲ ਚੰਗੀ ਲੱਗਦੀ ਹੈ ਜੀ, ਹੋਰ ਤਾਂ ਕੁਛ ਵੀ ਵਧੀਆ ਨਹੀਂ ਲੱਗਦਾ, ਬੰਦਾ ਚੂਰ ਕੇ ਵੀ ਖਾ ਲੈਂਦਾ ਇਹ 'ਚ। ਰੋਟੀ ਫੁਲਕਾ ਇੱਕ
ਜੀ ਚਾਰ ਪੰਜ ਪਾਣੀਆਂ ਚ ਨੂੰ ਧੋ ਲਈਏ ਆਪਾਂ ਦਾਲ। ਇੱਧਰ ਆਪਣਾ ਪਾਣੀ ਗਰਮ ਹੋ ਗਿਆ, ਹੁਣ ਦਾਲ ਪਾ ਦਾਂਗੇ। ਚਮਚ ਆਪਾਂ ਹਲਦੀ ਦਾ ਪਾ ਦਾਂਗੇ। ਇੱਕ ਚਮਚ ਆਪਾਂ ਨਮਕ ਦਾ ਪਾ ਦਾਂਗੇ। ਇੱਕ ਚਮਚ ਆਪਾਂ ਲਾਲ ਮਿਰਚ ਦਾ ਪਾ ਦਾਂਗੇ ਕਿਉਂਕਿ ਥੋੜ੍ਹੀ ਤੇਜ਼ ਬਣ ਜੂਗੀ। ਇੱਧਰ ਆਪਣੀ ਦਾਲ ਬਣੂਗੀ ਜੀ, ਦੂਜੇ ਪਾਸੇ ਮੈਂ ਤੜਕਾ ਕਰ ਲੈਣੀ ਹੈ। ਆਪਾਂ ਲਸਣ ਪਾ ਦਾਂਗੇ ਜੀ ਆਹ ਕੱਟਿਆ ਹੋਇਆ ਆਪਾਂ। ਲਸਣ ਆਪਣਾ ਹਲਕਾ ਜਿਹਾ ਬਰਾਊਨ ਹੋਣ ਲੱਗ ਗਿਆ ਜੀ, ਇਹ ਜੇ ਆਪਾਂ ਜੀਰਾ ਪਾ ਦਾਂਗੇ ਅਤੇ ਨਾਲ ਹੀ ਪਿਆਜ਼ ਪਾ ਦਾਂਗੇ। ਆਪਣੇ ਦੋ ਕੰਮ ਇਕੱਠੇ ਹੋ ਜਾਣਗੇ ਜੀ, ਤੜਕਾ ਵੀ ਲੱਗ ਜੇ ਦਾਲ ਵੀ ਬਣ ਜੂ। ਧਨੀਆ ਰਹਿ ਗਿਆ ਜੀ ਪਿੱਛੋਂ, ਆਪਾਂ ਧਨੀਆ ਲੈ ਆਵਾਂਗੇ, ਉਹ ਬਰੀਕ ਕੱਟ ਕੇ ਹਰਾ ਧਨੀਆ ਪਾ ਦਾਂਗੇ ਦਾਲ 'ਚ। ਸੇਵ ਕੱਟ ਸਕਦੇ ਇੱਧਰ ਦਾਲ ਬਣ ਗਈ ਜੀ ਆਪਣੀ, ਇਹ ਤੜਕਾ ਵੀ ਆਪਣਾ ਤਿਆਰ ਹੋ ਗਿਆ ਜੀ, ਇਹਨੂੰ ਦਾਲ 'ਚ ਪਾ ਦਾਂਗੇ।
ਦਾਲ ਆਪਣੀ ਤਿਆਰ ਹੈ ਜੀ। ਥੋੜ੍ਹਾ ਜਿਹਾ ਆਪਾਂ ਆਟਾ ਗੁੰਨ ਲਾਂਗੇ ਜੀ। ਪ੍ਰਸ਼ਾਦਾ ਤਾਂ ਆਪਾਂ ਨਾਲ ਦੀ ਨਾਲ ਹੀ ਥੱਕੀ ਜਾਣਗੇ, ਨਾਲ ਦੀ ਨਾਲ ਬਣਾ ਲਾਂਗੇ ਜੀ। ਤਾਂ ਬਹੁਤ ਟਾਈਮ ਜੀ 5 ਵਜੇ ਹੋਣੇ ਜੀ। ਮੱਝਾਂ ਦਾ ਵੀ ਟਾਈਮ ਹੋ ਗਿਆ ਜੀ, ਧਾਰਾਂ ਵੀ ਚੋਣੀਆਂ ਸੀ। Thank you.